ਹੈਲੋ ਫਰੈਂਡਸ ਮੈਂ ਦੀਪਿਕਾ ਗੁਜਰਾਲ ਤੁਹਾਡਾ ਆਪਣੇ ਚੈਨਲ ਸਟੱਡੀ ਗੁਜਰਾਲ ਵਿੱਚ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਨੂੰ ਪੰਜਾਬ ਬੋਰਡ ਪਲੱਸ 2 ਦੀ ਲਾਜ਼ਮੀ ਪੰਜਾਬੀ ਦੀ ਕਹਾਣੀ ਕਰਵਾਣ ਜਾ ਰਹੀ ਹਾਂ ਇਸ ਕਹਾਣੀ ਦਾ ਨਾਮ ਹੈ ਨੀਲੀ ਨੀਲੀ ਕਹਾਣੀ ਕਰਤਾਰ ਸਿੰਘ ਦੁੱਗਲ ਦੀ ਰਚਨਾ ਹੈ ਇਸ ਕਹਾਣੀ ਵਿੱਚ ਇੱਕ ਗਊ ਦੇ ਮਨ ਦੇ ਭਾਵਾਂ ਨੂੰ ਦਿਖਾਇਆ ਗਿਆ ਹੈ ਜੋ ਕਿ ਇੱਕ ਮਾਂ ਹੈ ਤੇ ਆਪਣੀ ਬੱਚੀ ਦੇ ਮਰਨ ਤੇ ਉਸਦੀ ਮਮਤਾ ਸਾਡੇ ਸਾਹਮਣੇ ਆ ਜਾਂਦੀ ਹੈ ਪਰ ਗਵਾਲਾ ਉਸਦੇ ਮਾਨਸਿਕ ਦੁੱਖ ਨੂੰ ਸਮਝਣ ਤੋਂ ਅਸਮਰਥ ਰਹਿੰਦਾ ਹੈ ਉਸਦੇ ਮਾਨਸਿਕ ਦੁੱਖ ਨੂੰ ਨਹੀਂ ਸਮਝਦਾ ਸਗੋ ਹੁਤਾ ਦੁੱਧ ਦਾ ਲਾਲਚ ਕਰਦਾ ਰਹਿੰਦਾ ਹੈ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਨੀਲੀ ਗੋਰੇ ਰੰਗ ਦੀ ਸੋਹਣੀ ਸਿਹਤਮੰਦ ਗਾਂ ਸੀ ਕਹਾਣੀਕਾਰ ਦੀ ਪਤਨੀ ਨੇ ਬਹੁਤ ਸਰੀਆਂ ਗਾਵਾਂ ਵਿੱਚੋਂ ਇੱਕ ਗਾਂ ਪਸੰਦ ਕੀਤੀ ਸੀ ਤੇ ਉਸਦੇ ਦੁੱਧ ਦਾ ਭਾਅ ਹੀ ਮੁਕਾਇਆ ਸੀ। ਗਵਾਲਾ ਹਰ ਰੋਜ਼ ਸਵੇਰੇ ਨੀਲੀ ਨੂੰ ਉਹਨਾਂ ਦੇ ਘਰ ਲਿਆ ਹੁੰਦਾ। ਨਾਲ ਹੀ ਮਸਾਲੇ ਵਾਲੀ ਚਾਰੇ ਦੀ ਟੋਕਰੀ ਵੀ ਲੈ ਆਂਦਾ। ਉਸ ਦੇ ਅੱਗੇ ਚਾਰਾ ਪਾਂਦਾ ਤੇ ਉਹਨਾਂ ਨੂੰ ਦੁੱਧ ਦੇ ਕੇ ਝੋਕੇ ਚਲਾ ਜਾਂਦਾ। ਦੁੱਧ ਦਾ ਭਾਅ ਚੁਕਾਉਣ ਵੇਲੇ ਗਵਾਲੇ ਨਾਲ ਗਾਂ ਨੂੰ ਦਾਣਾ, ਖੱਲ ਵਾਲਾ ਚਾਰਾ ਖਵਾਉਂਦੀ ਸ਼ਰਤ ਤੈਅ ਹੋਈ ਸੀ। ਕਿਉਂਕਿ ਚੰਗੀ ਖੁਰਾਕ ਵਾਲੇ ਪਸ਼ੂ ਦਾ ਦੁੱਧ ਵੀ ਚੰਗਾ ਹੁੰਦਾ ਹੈ। ਇਸ ਤਰ੍ਹਾਂ ਕਈ ਮਹੀਨੇ ਬੀਤ ਗਏ। ਇੱਕ ਵਾਰੀ ਨੀਲੀ ਨਵੇਂ ਦੁੱਧ ਹੋਣ ਕਰਕੇ ਦੁੱਧ ਦੇਣਾ ਛੱਡ ਗਈ ਪਰ ਕੁਝ ਸਮੇਂ ਪਿਛੋਂ ਨੀਲੀ ਆਪਣੀ ਸੁੰਦਰ ਬੱਚੀ ਨਾਲ ਦੁੱਧ ਦੇਣ ਲਈ ਆਉਣ ਲੱਗ ਗਈ ਤੇ ਉਹ ਨੀਲੀ ਦਾ ਸਾਰਾ ਦੁੱਧ ਖਰੀਦ ਲੈਂਦੇ ਕਹਾਣੀਕਾਰ ਦੀ ਪਤਨੀ ਗਵਾਲੇ ਨੂੰ ਹਰ ਰੋਜ਼ ਕਹਿੰਦੀ ਕਿ ਉਹ ਬੱਚੀ ਲਈ ਕੁਝ ਦੁੱਧ ਛੱਡਿਆ ਕਰੇ ਇਸ ਤਰ੍ਹਾਂ ਇੱਕ ਚੰਗੀ ਗਾਂ ਬਣੇਗੀ ਪਰ ਗਵਾਲਾ ਇਸ ਬਾਰੇ ਆਪਣੀ ਮਰਜ਼ੀ ਕਰਦਾ ਤੇ ਨੱਕ ਵਿੱਚ ਗੁੰਗੁਨਾ ਛੱਡਦਾ ਗਵਾਲੇ ਦੇ ਸਿਰ ਤੇ ਕੋਈ ਅਸਰ ਨਹੀਂ ਸੀ ਕਿ ਉਹ ਬੱਚੀ ਲਈ ਦੁੱਧ ਛੱਡੇ ਜਾਂ ਨਾ ਉਹ ਅਨ ਗੱਲੀ ਜੀ ਕਰ ਦਿੰਦਾ ਤੇ ਬੱਚੀ ਲਈ ਦੁੱਧ ਨਾ ਛੱਡਦਾ ਹੁਣ ਕਿਉਂਕਿ ਬੱਚੀ ਦੇ ਮੂੰਹ ਮਾਰਨ ਤੇ ਨੀਲੀ ਦੁੱਧ ਲਾਹ ਦਿੰਦੀ ਸੀ ਇਸ ਕਰਕੇ ਗਵਾਲੇ ਨੇ ਮਸਾਲੇ ਦੀ ਟੋਕਰੀ ਲਿਆਉਣੀ ਬੰਦ ਕਰ ਦਿੱਤੀ ਕਹਾਣੀ ਕਰ ਤੇ ਉਸ ਦੀ ਪਤਨੀ ਨੇ ਸ਼ਿਕਾਇਤ ਕਰਨ ਤੇ ਉਹ ਕਹਿੰਦਾ ਕਿ ਉਹ ਸ਼ਾਮ ਵੇਲੇ ਉਸ ਨੂੰ ਚਾਰਾ ਖਿਲਾ ਦਿੰਦਾ ਹੈ ਉਸ ਨੂੰ ਮਸਾਲਾ ਖਵਾ ਦਿੰਦਾ ਹੈ ਕਹਾਣੀ ਕਰਦੀ ਪਤਨੀ ਖੱਪਦੀ ਰਹਿੰਦੀ ਕਿ ਦੁੱਧ ਪਾਣੀ ਵਰਗਾ ਆਉਂਦਾ ਹੈ ਗਵਾਲਾ ਬੱਚੀ ਦੀ ਦੁੱਧ ਨਹੀਂ ਬਚਾਉਂਦਾ ਜਿਸ ਕਰਕੇ ਉਹ ਅਜਿਆਂ ਦੀ ਮੁਠਬੰਦੀ ਜਾ ਰਹੀ ਹੈ ਗਵਾਲਾ ਕਹਿੰਦਾ ਕਿ ਗਾਂ ਦੁੱਧ ਛੁਪਾ ਲੈਂਦੀ ਹੈ ਉਹ ਬੱਚੀ ਦੁਆਰਾ ਥਾਣਾ ਨੂੰ ਬਾਰ-ਬਾਰ ਉਸ ਮਾਰਨ ਦੀ ਗੱਲ ਦੱਸ ਕੇ ਉਹਨਾਂ ਨੂੰ ਛੁੱਟੇ ਕਰ ਦਿੰਦਾ ਯਾਨੀ ਉਹ ਆਪਣੀ ਗੱਲ ਨੂੰ ਸੱਚਾ ਸਾਬਿਤ ਕਰ ਦਿੰਦਾ ਤੇ ਬਾਕੀ ਸਭ ਨੂੰ ਝੂਠਾ ਸਾਬਿਤ ਕਰ ਦਿੰਦਾ ਇੱਕ ਦਿਨ ਬੱਚੀ ਮਰ ਗਈ ਗਵਾਲਾ ਨਿੱਕਾ ਜਿਹਾ ਮੂੰਹ ਬਣਾ ਕੇ ਕਹਾਣੀ ਕਰਦੇ ਘਰ ਗਿਆ ਤੇ ਰਾਤੀ ਬੱਚੀ ਦੇ ਮਰਨ ਕਰਕੇ ਨੀਲੀ ਨੇ ਕੁਝ ਖਾਦਾ ਪੀਤਾ ਨਹੀਂ ਇਸ ਕਰਕੇ ਅੱਜ ਦੁੱਧ ਦਾ ਨਾਗਰ ਰਹੇਗਾ ਇਹ ਕਹਿਣ ਲੱਗ ਗਿਆ ਕਹਾਣੀ ਕਰਦੀ ਪਤਨੀ ਨੂੰ ਗੁੱਸਾ ਤਾਂ ਬਹੁਤ ਸੀ ਪਰ ਉਹ ਚੁੱਪ ਕਰਕੇ ਰਹਗੀ ਕਿਉਂਕਿ ਕਹਾਣੀ ਕਰਦੀ ਪਤਨੀ ਨੂੰ ਪਤਾ ਸੀ ਕਿ ਬੱਚੀ ਕਿਉਂ ਮਰੀ ਕਿਉਂਕਿ ਉਸ ਨੂੰ ਦੁੱਧ ਦੀ ਕਮੀ ਸੀ ਪਰ ਉਹ ਜ਼ਿਆਦਾ ਕੁਝ ਨਾ ਬੋਲੀ ਉਹ ਚੁੱਪ ਕਰਕੇ ਹੀ ਰਹਗੀ ਅਗਲੇ ਦਿਨ ਸਵੇਰੇ ਨੀਲੀ ਕਹਾਣੀ ਕਰਦੀ ਕੋਠੀ ਦੇ ਸਾਹਮਣੇ ਗੇਟ ਦੇ ਬਾਹਰ ਆ ਕੇ ਖਲੋਗੀ ਗਵਾਲਾ ਮਸਾਲੇ ਦੀ ਟੋਕਰੀ ਲੈ ਕੇ ਆ ਗਿਆ ਪਹਿਲਾਂ ਨੀਲੀ ਤੁਸ ਮਾਰ ਕੇ ਗੇਟ ਖੋਲ੍ਹ ਦਿੰਦੀ ਸੀ ਪਰ ਕਿਉਂਕਿ ਅੱਜ ਉਹਦੀ ਬੱਚੀ ਮਰੀ ਹੋਈ ਸੀ ਇਸ ਕਰਕੇ ਚੁੱਪਚਾਪ ਖਲੋਤੀ ਸੀ ਉਹ ਬਹੁਤ ਜ਼ਿਆਦਾ ਉਦਾਸ ਸੀ ਗਵਾਲਾ ਆਇਆ ਗੇਟ ਖੋਲ ਕੇ ਉਸ ਦੇ ਪਿੱਛੇ-ਪਿੱਛੇ ਨੀਲੀ ਅੰਦਰ ਆ ਗਈ ਗਵਾਲੇ ਨੇ ਮਸਾਲੇ ਦੀ ਟੋਕਰੀ ਰੱਖੀ ਤੇ ਹੱਥ ਮਾਰ ਕੇ ਉਸ ਦੀ ਖੁਸ਼ਬੂ ਨੂੰ ਖਿਲਾਰਨ ਲੱਗਾ ਉਹ ਇੰਜ ਇਸ ਕਰਕੇ ਕਰਨ ਲੱਗਾ ਕਿ ਉਸ ਦੀ ਖੁਸ਼ਬੂ ਨਾਲ ਨੀਲੀ ਮੂੰਹ ਮਾਰੇਗੀ ਤੇ ਮਸਾਲਾ ਖਾਣਾ ਸ਼ੁਰੂ ਕਰ ਦੇਗੀ ਨੀਲੀ ਟੋਕਰੀ ਕੋ ਲਾਗੀ ਗਵਾਲੇ ਨੇ ਫਿਰ ਉਸ ਨੂੰ ਛਾਲ ਕੇ ਦਾਣਾ ਦਿਖਾਇਆ ਨੀਲੀ ਅੱਗੇ ਆ ਗਈ ਪਰ ਉਸਨੇ ਮਸਾਲੇ ਨੂੰ ਹੂ ਨਾ ਲਾਇਆ ਫਿਰ ਗਵਾਲੇ ਨੇ ਨੀਲੀ ਦੇ ਸਿਰ ਉਤੇ ਹੱਥ ਫੇਰਿਆ ਫਿਰ 부ਚਕਾਰਿਆ ਨੀਲੇ ਨੇ ਆਪਣੀ ਟੋਕਰੀ ਵਿੱਚ ਮੂੰਹ ਤਾਂ ਪਾਇਆ ਪਰ ਉਸ ਤੋਂ ਕੁਝ ਖਾਦਾ ਨਹੀਂ ਸੀ ਜਾ ਰਿਹਾ ਓਹੋ ਦੂਜੇ ਪਾਸੇ ਮੂੰਹ ਕਰਕੇ ਟੋਕਰੀ ਵੱਲ ਪਿੱਠ ਕਰਕੇ ਖਲੋਗੀ ਪਰੇਸ਼ਾਨ ਹੋਇਆ ਗਵਾਲਾ ਟੋਕਰੀ ਚੁੱਕ ਕੇ ਦੁਰ ਪਿਆ ਤੇ ਨੀਲੀ ਵੀ ਉਹਦੇ ਪਿੱਛੇ-ਪਿੱਛੇ ਦੁਰ ਪੀ ਕਹਾਣੀਕਾਰ ਦੀ ਪਤਨੀ ਕਹਿ ਰਹੀ ਸੀ ਕਿ ਉਸਨੇ ਚੂਲੀ ਪਰ ਦੁੱਧ ਬਚਾਉਣ ਲਈ ਬੱਚੇ ਨੂੰ ਗਵਾ ਲਿਆ ਉਸਨੇ ਟੋਕਰੀ ਨੌਕਰ ਨੂੰ ਡੈਰੀ ਤੋਂ ਦੁੱਧ ਲੈਣ ਲਈ ਭੇਜ ਦਿੱਤਾ ਕਹਾਣੀਕਾਰ ਉਨੀ ਦੇਰ ਤੱਕ ਜਾਂਦੀ ਨੀਲੀ ਨੂੰ ਦੇਖਦਾ ਰਿਹਾ ਜਿੰਨੀ ਦੇਰ ਤੱਕ ਔਖਾਂ ਤੋਂ ਉਹ ਲੈ ਨਾ ਹੋ ਗਈ ਕਿਉਂਕਿ ਕਹਾਣੀਕਾਰ ਨੂੰ ਨੀਲੀ ਦੇ ਅੰਦਰ ਦਾ ਦੁੱਖ ਦਿਖ ਰਿਹਾ ਸੀ ਅਗਲੇ ਦਿਨ ਮੂੰਹ ਚ ਅਖਰੇ ਗਵਾਲਾ ਮਸਾਲੇ ਦੀ ਟੋਕਰੀ ਚੁੱਕੀ ਕਹਾਣੀਕਾਰ ਦੀ ਟੋਕ ਕੋਠੀ ਵਿੱਚ ਆ ਗਿਆ ਉਸ ਦੇ ਮਗਰੀ ਨੀਲੀ ਸੀ ਉਸਨੇ ਟੋਕਰੀ ਰੱਖੀ ਸੀ ਕਿ ਨੀਲੀ ਅੱਗੇ ਵੱਧ ਕੇ ਮੂੰਹ ਮਾਰਨ ਲੱਗ ਗਈ ਬਸ ਗਵਾਲਾ ਗਾਗਰ ਲੈ ਕੇ ਨੀਲੀ ਕੋਲ ਬੈਠ ਗਿਆ ਪਰ ਉਹ ਪਰੇ ਹੋ ਗਈ ਨੀਲੀ ਨੂੰ ਮਸਾਲੇ ਖਾਂਦਾ ਦੇਖ ਕੇ ਗਵਾਲਾ ਫੇਰ ਉਹਦੇ ਕੋਲ ਆਇਆ ਫੇਰ ਉਹ ਪਿਛਾਂ ਚਲੀ ਗਈ ਨੀਲੀ ਨੂੰ ਮਸਾਲਾ ਖਾਂਦੀ ਦੇਖ ਕੇ ਗਵਾਲਾ ਫੇਰ ਕੋਲ ਆਂਦਾ ਹੋ ਫੇਰ ਪਿੱਛੇ ਚਲ ਜਾਂਦੀ ਨੀਲੀ ਟੋਕਰੀ ਵਿੱਚ ਮੂੰਹ ਜਮਾਈ ਮਸਾਲਾ ਖਾਈ ਜਾ ਰਹੀ ਸੀ ਕਿਉਂਕਿ ਉਹ ਤਿੰਨ ਦਿਨਾਂ ਦੀ ਭੁੱਖੀ ਸੀ ਗਵਾਲਾ ਉਸ ਦੀ ਪਿੱਠ ਤੇ ਹੱਥ ਫੇਰਦਾ ਮੂਨਾ ਦੋਸ ਨੂੰ ਪੁੱਛਕਾਰਦਾ ਗਵਾਲਾ ਨੀਲੀ ਦੇ ਢੇਠਾ ਬੈਠ ਗਿਆ ਪਰ ਉਹ ਨਾ ਹਿੱਲੀ ਪਰ ਜਦੋਂ ਉਸਨੇ ਥਨਾਵਲ ਹੱਥ ਵਧਾਇਆ ਤਾਂ ਉਹਨੇ ਫੇਰ ਲੱਤ ਮਾਰ ਦਿੱਤੀ ਗਵਾਲਾ ਸ਼ਰਮਿੰਦਾ ਜਿਹਾ ਹੋ ਕੇ ਉੱਠਾ ਬੈਠਾ ਤੇ ਨੀਲੀ ਦੇ ਸਿੰਗਾ ਨੂੰ ਪਿਆਰ ਕਰਨ ਲੱਗ ਪਿਆ ਅੰਦਰ ਗਵਾਲੇ ਨੂੰ ਵੀ ਪਤਾ ਸੀ ਕਿ ਨੀਲੀ ਦੁਖੀ ਹੈ ਕਿਉਂਕਿ ਉਸਦੀ ਬੱਚੀ ਮਰੀ ਸੀ ਦੁੱਧ ਦੀ ਕਮੀ ਕਾਰਨ ਇਸ ਲਈ ਉਹ ਸ਼ਰਮਿੰਦਾ ਹੋ ਰਿਹਾ ਸੀ ਫਿਰ ਉਹ ਉਸਦੀ ਪਿੱਠ ਤੇ ਹੱਥ ਫੇਰਨ ਮਗਰੋਂ ਉਹਦੀ ਪੂੰਛ ਤਾਂ ਖੇਡਦਾ ਰਿਹਾ ਫਿਰ ਉਸਦੇ ਕੋਲ ਬੈਠ ਕੇ ਉਸੇ ਪੂੰਛ ਨੂੰ ਮਲਦਾ ਔਰ ਇਹ ਨੱਤਾਂ ਨੂੰ ਸਾਫ਼ ਕਰਦਾ ਰਿਹਾ ਪਰ ਜਦੋਂ ਉਸਦੇ ਥਣ ਨੂੰ ਪੋਲੇ ਜਿਹੇ ਹੱਥ ਲਾਂਦਾ ਤਾਂ ਨੀਲੀ ਲੱਤ ਮਾਰ ਦਿੰਦੀ ਤੇ ਪਰੇ ਹੋ ਜਾਂਦੀ ਹੁਣ ਇਹ ਦੇਖ ਕੇ ਗਵਾਲੇ ਨੂੰ ਬਹੁਤ ਹੀ ਗੁੱਸਾ ਆ ਗਿਆ ਉਸਨੇ ਨੀਲੀ ਤੋਂ ਮਸਾਲੇ ਦੀ ਟੋਕਰੀ ਖੋਲੀ ਤੇ ਸਿਰ ਤੇ ਹੱਥ ਰੱਖ ਕੇ ਤੇਜ਼ੀ ਨਾਲ ਚਲਾ ਗਿਆ ਉਸ ਨੂੰ ਜਾਂਦਾ ਦੇਖ ਕੇ ਨੀਲੀ ਬਹੁਤ ਹੀ ਅੜਿੰਗਰੀ ਸੀ ਪਰ ਗਵਾਲਾ ਤੁਰ ਹੀ ਜਾ ਰਿਹਾ ਸੀ ਨੀਲੀ ਕਿੰਨਾ ਚਿਰ ਉੱਥੇ ਖਲੋਤੀ ਰਹੀ ਜਿਵੇਂ ਗਵਾਲੇ ਨੂੰ ਕਹਿ ਰਹੀ ਹੋਵੇ ਤੂੰ ਸਮਝਦਾ ਕਿਉਂ ਨਹੀਂ ਅਜੇ 2 ਦਿਨ ਤਾਂ ਹੋਏ ਨੇ ਉਸਦੇ ਤੀਨ ਮਰਿਆ ਉਹ ਅਜੇ ਉਸ ਨੂੰ ਭੁਲਾ ਨਹੀਂ ਸਕੀ ਪਰ ਇਸ ਢਿੱਡ ਦਾ ਕੀ ਕਰੇ ਉਸ ਦੇ ਅੱਗੇ ਤਾਂ ਪੇਸ਼ ਨਹੀਂ ਆਂਦੀ ਉਸ ਦੀ ਲਾਡਲੀ ਦੇ ਬੋਲੇ-ਬੋਲੇ ਬੁੱਲ ਜਦੋਂ ਉਸਦੇ ਥਨਾਂ ਨੂੰ ਲੱਗਦੇ ਸੀ ਤਾਂ ਦੁੱਧ ਆਪਣੇ ਆਪ ਹੀ ਲੈ ਆਉਂਦਾ ਸੀ ਪਰ ਹੁਣ ਤਾਂ ਉਹ ਦੁਖੀ ਹੈ ਕਿ ਉਹ ਜਾਣਦਾ ਨਹੀਂ ਕਿ ਮਾਂ ਤੇ ਬੱਚੇ ਦਾ ਰਿਸ਼ਤਾ ਕੀ ਹੁੰਦਾ ਆ ਠੀਕ ਹੈ ਕਿ ਉਹ ਕੁਝ ਦਿਨ ਤੱਕ ਉਸ ਨੂੰ ਭੁੱਲ ਜਾਈਗੀ ਤੇ ਉਹ ਦੁੱਧ ਵੀ ਦੇ ਦੇਵੇਗੀ ਪਰ ਉਸ ਨੂੰ 1-2 ਦਿਨ ਹੋਰ ਸਬਰ ਕਰਨਾ ਪਏਗਾ ਹੁਣ ਉਸ ਦੇ ਦੁੱਧ ਨੇ ਕੀ ਕਰਨਾ ਹੈ ਦੁੱਧ ਪੀਣ ਵਾਲੀ ਤਾਂ ਚਲੇਗੀ ਪਰ ਉਹ ਉਸ ਨੂੰ ਭੁੱਖਾ ਨਾ ਮਾਰੇ ਆ ਕੇ ਉਸ ਨੂੰ ਦਾਣਾ ਦੇ ਦੇਵੇ ਤੇ ਉਹ ਦਾਣਾ ਖਾ ਲਵੇ ਇਸ ਤਰ੍ਹਾਂ ਸੀ ਦੇਖਦੇ ਹਾਂ ਕਿ ਪਰਮਾਤਮਾ ਦੇ ਬਨੇ ਹਰ ਜੀਵ ਵਿੱਚ ਭਾਵਨਾ ਹੁੰਦੀ ਹੈ ਉਸ ਨੂੰ ਸਮਝਣਾ ਚਾਹੀਦਾ ਹੈ ਮਾਤਾ ਮਾਂ ਹੈ ਪਾਵਯੋ ਮਨੁੱਖ ਹੋਵੇ ਜਾਂ ਕੋਈ ਜਾਨਵਰ ਇਸ ਕਹਾਣੀ ਵਿੱਚ ਕਹਾਣੀ ਕਰਨ ਇੱਕ ਗਊ ਦੇ ਮਨ ਦੇ ਭਾਵਾਂ ਨੂੰ ਦਿਖਾਉਂਦੇ ਹੋਏ ਸਾਨੂੰ ਮਾਂ ਦੀ ਮਮਤਾ ਤੋਂ ਜਾਣੂ ਕਰਵਾਇਆ ਹੈ ਫਰੈਂਡਸ ਜੇਕਰ ਤੁਹਾਨੂੰ ਇਸ ਕਹਾਣੀ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਹੈ ਕੋਈ ਵੀ ਡਾਊਟ ਹੈ ਤਾਂ ਤੁਸੀਂ ਮੈਨੂੰ ਦੱਸੋ ਮੈਂ ਉਸ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੀ ਤੇ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਤਾਂ ਮੇਰੀ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ